ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਮੇਰੇ ਬੱਚਿਆਂ ਦਾ, ਮੇਰੇ ਭੈਣਾਂ ਭਰਾਵਾਂ ਦਾ? ਠੀਕ ਹੀ ਹੋਏਗਾ, ਵਾਹਿਗੁਰੂ ਠੀਕ ਰੱਖੇਗਾ ਜੀ। ਅਸੀਂ ਅੱਜ ਬਣਾਉਣ ਲੱਗੇ ਹਾਂ ਓਟਸ, ਓਟਸ ਮਿਲਕ ਓਟਸ ਬਣਾਉਣ ਲੱਗੇ ਹਾਂ, ਡਾਇਟ ਵਾਸਤੇ ਠੀਕ ਹੁੰਦੇ ਆ। ਇਹ ਕੜਾਹੀ ਰੱਖਤੀ ਜੇ ਗੈਸ ਤੇ, ਇਹ ਡਰਾਈ ਫਰੂਟ ਆ, ਥੋੜਾ ਜਿਹਾ ਬਦਾਮ ਵੀ ਪਾਉਣੇ ਆ ਸਿਰਫ, ਤੁਹਾਡਾ ਦਿਲ ਕਰਦਾ ਹੈ ਜੋ ਮਰਜ਼ੀ ਪਾਓ, ਪਰ ਥੋੜਾ ਵੇਟ ਵਧਾਉਂਦੇ ਆ ਕਾਜੂ ਵਗੈਰਾ, ਇਸ ਕਰਕੇ ਮੈਂ ਕਾਜੂ ਨਹੀਂ ਪਾ ਰਹੀ, ਮੈਂ ਸਿਰਫ ਬਦਾਮ ਹੀ ਪਾ ਰਹੀ ਹਾਂ। ਬਦਾਮ ਦੇ ਨਾਲ ਵੇਟ ਵੱਧਦਾ ਨਹੀਂ ਹੈ, ਲੂਜ਼ ਹੁੰਦਾ ਹੈ। ਇਹਨਾਂ ਨੂੰ ਥੋੜ੍ਹਾ ਜਿਹਾ ਬਸ ਡਰਾਈ ਕਰਨਾ ਇਹਨਾਂ ਨੂੰ। ਘਿਓ ਤੋਂ ਬਗੈਰ ਹੀ ਬਸ ਹੋ ਗਏ ਆ। ਹੁਣ ਅਸੀਂ ਇੱਥੇ ਦੁੱਧ ਪਾਉਣਾ, ਇਹਦੇ ਵਿੱਚ ਅੱਧਾ ਕੱਪ ਓਟਸ ਦਾ ਪਾਉਣਾ ਜੇ, ਅੱਧਾ ਲੀਟਰ ਦੁੱਧ, ਅੱਧਾ ਲੀਟਰ ਦੁੱਧ ਹੈਗਾ, ਥੋੜ੍ਹਾ ਪਾਣੀ ਪਾ ਦਿਓ, ਦੁੱਧ ਥੋੜ੍ਹਾ ਗਾੜਾ ਜ਼ਿਆਦਾ ਹੈ। ਓਟਸ ਮੈਂ ਪਹਿਲਾਂ ਕਰਕੇ ਰੱਖ ਲਏ ਆ, ਰੋਸਟ ਕਰਕੇ ਰੱਖ ਲਏ ਆ, ਇਹ ਓਟਸ ਹੈਗੇ, ਰੋਸਟ ਕਰਕੇ ਰੱਖ ਲਓ ਤੁਸੀਂ, ਉਬਾਲਾ ਆ ਜਾਏਗਾ ਦੁੱਧ ਨੂੰ। ਇਹਦੇ ਚ ਪਾਣੇ ਜੇ ਤੁਸੀਂ ਹਾਫ ਕੱਪ ਪਾਣਾ, ਇਹਦੇ ਵਿੱਚ ਹਾਫ ਲੀਟਰ ਦੁੱਧ ਹੈ, ਹਾਫ ਕੱਪ ਓਟਸ ਦਾ ਪਾਣਾ ਜੇ। ਵੇਟ ਬਹੁਤ ਜਲਦੀ ਲੂਜ ਕਰਦੇ ਆ, ਜਿਹਨਾਂ ਦਾ ਵੇਟ ਜ਼ਿਆਦਾ ਹੈ ਉਹ ਇਹ ਖਾਣ ਨਾਸਤੇ ਦੇ ਵਿੱਚ। ਸਵੇਰ ਦਾ ਟਾਈਮ ਹੈ ਇਸ ਵੇਲੇ, ਮੈਂ ਚਲੋ ਨਾਸਤੇ ਚ ਬਣਾ ਲੈਂਦੇ ਹਾਂ ਜੀ। ਵਾਲਾ ਆ ਗਿਆ ਹੁਣ ਇਹਦੇ ਚ ਦੁੱਧ ਚ, ਇਹਦੇ ਚ ਅਸੀਂ ਥੋੜੀ ਚੀਨੀ ਪਾਵਾਂਗੇ, ਬਿਲਕੁਲ ਆਪਣੇ ਸਵਾਦ ਅਨੁਸਾਰ ਪਾ ਲਿਓ, ਥੋੜੀ ਪਾਣੀ ਹੈ ਸਵਾਦ ਅਨੁਸਾਰ, ਜਿੰਨੀ ਕੁ ਤੁਸੀਂ ਖਾਂਦੇ ਹੋ ਉਸ ਤਰ੍ਹਾਂ ਪਾਓ। ਸਰਦੀਆਂ ਦੇ ਵਿੱਚ ਤੁਸੀਂ ਖਜੂਰਾਂ ਹੁੰਦੀਆਂ ਹਨ, ਖਜੂਰਾਂ ਚੋਂ ਵਿੱਚੋਂ ਕੱਢ ਕੇ ਗਿੜਕਾਂ ਕੱਢ ਕੇ ਖਜੂਰਾਂ ਦੀਆਂ ਦੋ ਖਜੂਰਾਂ ਪਾ ਸਕਦੇ ਹੋ। ਇੱਧਰ ਨਾ ਮੈਂ ਸਾਬੂਦਾਣਾ ਭੁੱਲ ਗਈ ਭਿਉਣਾ, ਸਾਬੂਦਾਣਾ ਪਾਉਣਾ, ਥੋੜ੍ਹਾ ਜਿਹਾ ਇੱਕ ਉਬਾਲਾ ਦੇਣਾ ਸਾਬੂਦਾਣੇ ਨੂੰ। ਬਸ ਇਹਦੇ 'ਚ ਚੀਨੀ ਪਾਤੀ ਹੈ, ਹੁਣ ਅਸੀਂ ਇਹਦੇ 'ਚ ਥੋੜ੍ਹਾ ਜਿਹਾ ਕਸਟਰਡ ਪਾਵਾਂਗੇ। ਅੱਧੀ ਇੱਕ ਚਮਚ ਅਸੀਂ ਕਸਟਰਡ ਪਾਉਣਾ ਇਹਦੇ 'ਚ, ਪਾਣੀ ਦੇ ਵਿੱਚ ਜਾਂ ਠੰਡੇ ਦੁੱਧ 'ਚ ਜਾਂ ਪਾਣੀ 'ਚ ਪਾ ਕੇ ਤੁਸੀਂ ਇਹਨੂੰ ਘੋਲ ਦਿਓ, ਘੋਲ ਸਕਦੇ ਹੋ। ਅੱਧੀ ਚਮਚ ਇਹਦੇ 'ਚ, ਅੱਧੇ ਲੀਟਰ ਦੁੱਧ 'ਚ ਅੱਧੀ ਚਮਚ ਦੁੱਧ ਨੂੰ ਉਬਾਲਾ ਆ ਜਾਵੇ ਅਤੇ ਅਸੀਂ ਕਸਟਰਡ ਪਾ ਦੇਣਾ ਇਹਦੇ 'ਚ। ਅੱਜ ਕੱਲ੍ਹ ਵੈਸੇ ਫਰਾਈ ਚੀਜ਼ਾਂ ਲੋਕ ਘੱਟ ਹੀ ਪਸੰਦ ਕਰਦੇ ਹੈ। ਵਾਲਾ ਆ ਗਿਆ ਇਹਨੂੰ ਇਸ ਤਰ੍ਹਾਂ, ਇਹਨੂੰ ਹੁਣ ਪਾ ਦਿਓ ਇਸ ਤਰ੍ਹਾਂ ਆਸਤਾ ਆਸਤਾ ਕਰਕੇ।
ਬਸ ਇਹਨੂੰ ਕੁਆਲਾ ਆ ਜਾਵੇ ਹੋਰ ਦੋ ਚਮਚੇ ਅਸੀਂ ਇਹਦੇ ਚ ਸਾਬੂਦਾਨਾ ਪਾ ਦੇਣਾ ਜੇ ਤੁਹਾਡੇ ਕੋਲ ਰਾਤ ਭਿਓ ਦਿਓ ਤੁਸੀਂ ਨਹੀਂ ਭਿਓਇਆ ਤਾਂ ਥੋੜਾ ਜਿਹਾ ਉਸਨੂੰ ਉਬਾਲਾ ਦੇ ਦਿਓ ਜ਼ਿਆਦਾ ਨਹੀਂ ਪਾਉਣਾ ਬਸ ਦੋ ਚਮਚੇ ਪਾਤੇ ਆ बना के फ्रिज रखना है ठंडा करके ते फिर तुसी खाओ कोई भी तुसी ड्राई फूड होर से पा सकते हो जिस तरह बादाम पा सकते हो ये वेट लूज करता बढ़ाता नहीं है हूँ असी पान लगे हैं ओट्स अद्धा कप असी ओट्स पा रहे हैं इहदे च ओट्स में पहला करके रख रहे रोस्ट करके रख ले सी अस इन्ने क पाने हैं पहला नहीं पाने ओट्स ओट्स गल जाते फुलते है गल जाने फिर स्वाद नहीं लगने बस इन दो मिनट देना वाला ये हो गया जे हूँ देखो आप हूँ खुले भांडे किसी पावे इन हूँ गाढ़ा हो जाएगा अजे पतला है गाढ़ा हो जाना इन थोड़ा चेर फ्रिज रख दो अद्धा एक घंटा फ्रिज च रखो इन उस तो बाद आप ड्राई फ्रूट तो ये पावे फ्रूट बस हूँ ठंडा हो जाए फिर इन हाँ जी हूँ ठंडा हो गया जी ए पाया ये देखो पै गया ये देखो किस तरह का बनया बहुत वधिया बनता है हमने सेब कट्टे सी सेब कट्टे है तो सेब पा लो ये सेब पा लो ज़्यादा वधिया बनता इस तरह उत्ते पा लो बादाम पा लो जिस तरह करके रोस्ट करके रखे से बादाम ज़्यादा वधिया बनता है अनारदाना जो थोड़े को हैगा तो वह भी पा लो तो वह भी वेट लूज करता तो बहुत वधिया लगता है इस तरह अब देखो बन गया जे मिल्क ओट्स बन गया जे बनाओ तो खाओ तो मैनू कमेंट करके दसो किस तरह का बनिया जे ਵੱਧ ਤੋਂ ਵੱਧ ਮੈਨੂੰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਮੇਰੀਆਂ ਪਿਛਲੀਆਂ ਵੀਡੀਓ ਨੂੰ ਮੈਨੂੰ ਬਹੁਤ ਪਿਆਰ ਮਿਲਿਆ ਇਸ ਤਰ੍ਹਾਂ ਹੀ ਹੁਣ ਮਿਲਣਾ ਚਾਹੀਦਾ ਪਿਆਰ ਮੈਨੂੰ ਇਹ ਡਾਇਟ ਵਾਸਤੇ ਬਹੁਤ ਵਧੀਆ ਹੁੰਦਾ ਔਰ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ